ਤਨ ਤਨ ਸੰਤ ਬਾਬਾ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲੇ ਅੱਜ ਉਹਨਾਂ ਦੇ ਬਾਬਤ ਇੱਕ ਸਾਖੀ ਸੁਣਾਉਣ ਲੱਗਿਆ ਹਾਂ ਇੱਕ ਪਿੰਡ ਦੇ ਵਿੱਚ ਨੌਜਵਾਨ ਪਤਿਤ ਪੁਨੇ ਦੇ ਰਾਹ ਤੇ ਚੱਲਣ ਲੱਗੇ ਤੇ ਆਪਣੇ ਮਾਪਿਆਂ ਤੋਂ ਬਾਗੀ ਹੋਣ ਲੱਗੇ ਮਾਂ ਬਾਪ ਲਈ ਇਹ ਦੁੱਖ ਸਭ ਤੋਂ ਵੱਡਾ ਦੁੱਖ ਬਣ ਗਿਆ ਸੀ ਉਸ ਪਿੰਡ ਦੇ ਬਜ਼ੁਰਗਾਂ ਨੇ ਸੋਚਿਆ ਕੇ ਨਗਰ ਦੇ ਵਿੱਚ ਕਿਸੇ ਮਹਾਪੁਰਸ਼ਾਂ ਦਾ ਦੀਵਾਨ ਲਾਇਆ ਜਾਵੇ ਸਾਰੇ ਬਜ਼ੁਰਗ ਇਕੱਠੇ ਹੋ ਕੇ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਕੋਲ ਚਲੇ ਗਏ ਉਹਨਾਂ ਬਾਬਾ ਜੀ ਨੂੰ ਦੱਸਿਆ ਕਿ ਪਿੰਡ ਦੇ ਜਵਾਕ ਗਲਤ ਰਾਹ ਤੇ ਤੁਰ ਪਏ ਹਨ ਤੇ ਅੱਜ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ ਆਪ ਜੀ ਸਾਡੇ ਪਿੰਡ ਵਿੱਚ ਇੱਕ ਦੋ دیਵਾਨਾ ਦੀ ਬਖਸ਼ਿਸ਼ ਕਰੋ। ਮਹਾਪੁਰਸ਼ਾ ਨੇ ਦੋ دیਵਾਨ ਦੇ ਦਿੱਤੇ। ਪਿੰਡ ਵਾਲਿਆਂ ਨੇ ਬਹੁਤ ਖੁਸ਼ੀ ਮਨਾਈ। ਤੇ ਪਿੰਡ ਵਿੱਚ ਜਦੋਂ ਇਹ ਗੱਲ ਨਸ਼ਾ ਵੇਚਣ ਵਾਲਿਆਂ ਨੂੰ ਪਤਾ ਚੱਲੀ ਤਾਂ ਉਹ ਸੋਚਣ ਲੱਗੇ ਜੇ ਸੰਤਾਂ ਨੇ ਇੱਥੇ دیਵਾਨ ਸਜਾਏ ਤਾਂ ਨੌਜਵਾਨਾਂ ਨੇ ਤਾਂ ਅੰਮ੍ਰਿਤ ਛਕ ਲੈਣਾ ਹੈ। ਤੇ ਸਾਡਾ ਤਾਂ ਨਸ਼ਾ ਹੀ ਵਿਕਣਾ ਬੰਦ ਹੋ ਜਾਣਾ ਹੈ। ਉਹਨਾਂ ਬੰਦਿਆਂ 'ਚ ਇੱਕ ਬਹੁਤ ਹੀ ਭੈੜਾ ਤੇ ਚਲਾਕ ਬੰਦਾ ਸੀ। ਉਹਨੇ ਸਾਰਿਆਂ ਨੂੰ ਸਕੀਮ ਦੱਸੀ ਕਿ ਜਿਸ ਦਿਨ ਬਾਬਾ ਜੀ ਨੇ ਦੀਵਾਨ ਲਾਉਣੇ ਨੇ ਆਪਾਂ ਉਸ ਦਿਨ ਗਾਉਣ ਵਾਲੀ ਸੱਦ ਲੈਣੇ ਆਂ। ਫੇਰ ਦੀਵਾਨ ਕਿਹਨੇ ਸੁਣਨੇ ਨੇ? ਜਦੋਂ ਬਜ਼ੁਰਗਾਂ ਦੇ ਕੰਨ 'ਇਹ ਗੱਲਾਂ ਪਈਆਂ ਤਾਂ ਉਹ ਭੈੜੇ ਲੋਕ ਗੌਣ ਵਾਲੀ ਨੂੰ ਸੱਦ ਰਹੇ ਹਨ ਤਾਂ ਉਹ ਪਿੰਡ ਦੇ ਬਜ਼ੁਰਗ ਮੋਢ ਸੰਤ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਕੋਲ ਪਹੁੰਚੇ ਆਖਣ ਲੱਗੇ ਬਾਬਾ ਜੀ ਉਹ ਨਸ਼ਾ ਵੇਚਣ ਵਾਲੇ ਬੰਦੇ ਜਿਸ ਦਿਨ ਤੁਸੀਂ ਦੀਵਾਨ ਸਜਾਉਣੇ ਹਨ ਗੌਣ ਵਾਲੀ ਨੂੰ ਸੱਦ ਰਹੇ ਹਨ ਤਾਂ ਜੇਕਰ ਤੁਸੀਂ ਉਸ ਦਿਨ ਦੀਵਾਨ ਲਗਾਉਂਦੇ ਹੋ ਤਾਂ ਇਹ ਤੁਹਾਡਾ ਨਿਰਾਦਰ ਹੋਵੇਗਾ ਇਸ ਕਰਕੇ ਤੁਸੀਂ ਦੀਵਾਨ ਕੈਨਸਲ ਕਰ ਦਿਓ ਬਾਬਾ ਜੀ 2 ਮਿੰਟ ਚੁੱਪ ਕਰ ਗਏ ਤੇ ਫੇਰ ਬੋਲਣ ਲੱਗੇ ਕਿ ਜੇਕਰ ਸ਼ਰਾਬੀਆਂ ਕਵਾਬੀਆਂ ਤੋਂ ਡਰ ਕੇ ਅਸੀਂ ਦੀਵਾਨ ਕੈਨਸਲ ਕਰ ਦਿੱਤਾ ਤਾਂ ਗੁਰੂ ਨਾਨਕ ਦੀ ਸਿੱਖੀ ਦੀ ਕੀ ਮਹੱਤਤਾ ਰਹੂਗੀ ਉਹਨਾਂ ਆਖਿਆ ਦੀਵਾਨ ਉਸ ਦਿਨ ਹੀ ਲੱਗੇਗਾ ਮਹਾਪੁਰਸ਼ਾ ਨੇ ਦੀਵਾਨ ਦੇ ਦਿੱਤਾ ਤੇ ਦੀਵਾਨ ਦਾ ਸਮਾਂ ਆ ਗਿਆ ਮਹਾਪੁਰਸ਼ ਸਟੇਜ ਤੇ ਗਏ ਦੂਜੇ ਬੰਦਿਆਂ ਨੇ ਗਾਉਣ ਵਾਲੀ ਸੱਦੀ ਹੋਈ ਸੀ ਉਹ ਵੀ ਉਸ ਸਮੇਂ ਦੀ ਬਹੁਤ ਹੀ ਮਸ਼ਹੂਰ ਗਾਉਣ ਵਾਲੀ ਸਟੇਜ ਵੀ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਲਗਾ ਦਿੱਤੀ ਸੀ ਨਾਸਤਿਕ ਬੰਦੇ ਕਦੋਂ ਰੱਬ ਕੋਲੋਂ ਡਰਦੇ ਹੁੰਦੇ ਨੇ ਉਦੋਂ ਸਪੀਕਰਾਂ ਦਾ ਬਹੁਤਾ ਪ੍ਰਬੰਧ ਨਹੀਂ ਸੀ ਹੁੰਦਾ ਇਸ ਤਰ੍ਹਾਂ ਹੀ ਧਾਰਨਾ ਵਾਂਗੂ ਹੀ ਕੀਰਤਨ ਕਰਿਆ ਕਰਦੇ ਸਨ ਸੰਤ ਮਹਾਪੁਰਸ਼ ਮਹਾਪੁਰਸ਼ਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ਗਾਉਣ ਵਾਲੀ ਵੀ ਸਟੇਜ ਵੱਲ ਨੂੰ ਜਾ ਰਹੀ ਸੀ ਜਦੋਂ ਮਹਾਪੁਰਸ਼ਾਂ ਦੇ ਬੋਲ ਉਸ ਗਾਉਣ ਵਾਲੀ ਦੇ ਕੰਨਾਂ ਵਿੱਚ ਪਏ ਤਾਂ ਉਸ ਭਗਤੀ ਨੇ ਉਸ ਸਿਮਰਨ ਦੀ ਸ਼ਕਤੀ ਨੇ ਗਾਉਣ ਵਾਲੀ ਨੂੰ ਆਪਣੇ ਵੱਲ ਖਿੱਚ ਲਿਆ ਤੇ ਉਹ ਕੀਰਤਨ ਸੁਣਨ ਲਈ ਆ ਕੇ ਸੰਗਤ ਵਿੱਚ ਬੈਠ ਗਈ ਜਿਹੜੇ ਉਸ ਗਾਉਣ ਵਾਲੀ ਨੂੰ ਸੁਣਨ ਜਾ ਰਹੇ ਸਨ ਉਹਨਾਂ ਨੇ ਤਾਂ ਹੁਣ ਆਉਣਾ ਹੀ ਸੀ ਕੀਰਤਨ ਸੁਣਨ ਤਿੰਨ ਘੰਟੇ ਮਹਾਪੁਰਸ਼ਾਂ ਨੇ ਦੀਵਾਨ ਲਾਇਆ ਤੇ ਤਿੰਨ ਘੰਟੇ ਉਹ ਗਾਉਣ ਵਾਲੀ ਮਹਾਪੁਰਸ਼ਾਂ ਦੇ ਬਚਨ ਸੁਣਦੀ ਰਹੀ ਤੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਉਹ ਗਾਉਣ ਵਾਲੀ ਗੱਲ 'ਚ ਪੱਲਾ ਪਾ ਕੇ ਮਹਾਪੁਰਸ਼ਾਂ ਨੂੰ ਕਹਿਣ ਲੱਗੀ ਮਹਾਪੁਰਸ਼ੋ ਇਹ ਜੀਵਨ ਤਾਂ ਪਰਮਾਤਮਾ ਨੂੰ ਖੁਸ਼ ਕਰਨ ਲਈ ਮਿਲਿਆ ਸੀ ਤੇ ਮੈਂ ਲੋਕਾਂ ਨੂੰ ਹੀ ਖੁਸ਼ ਕਰਦੀ ਰਹੀ ਸਾਰੀ ਜ਼ਿੰਦਗੀ ਕਿਰਪਾ ਕਰਕੇ ਮੈਨੂੰ ਵੀ ਖੰਡੇ ਬਾਟੇ ਤੇ ਅੰਮ੍ਰਿਤ ਦੀ ਦਾਤ ਬਖਸ਼ੋ ਉਸ ਗੌਣ ਵਾਲੀ ਨੇ ਅੰਮ੍ਰਿਤ ਛਕਿਆ ਤੇ ਸਾਰੇ ਨਗਰ ਨੇ ਵੀ ਅੰਮ੍ਰਿਤ ਛਕ ਲਿਆ ਇਹ ਹੈ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲਿਆਂ ਦੀ ਮਹਿਮਾ ਸਾਰੇ ਆਖੋ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਧੰਨ ਧੰਨ ਬਾਬਾ ਸੰਤ ਅਤਰ ਸਿੰਘ ਜੀ ਤਨ ਤਨ ਸੰਤ ਬਾਬਾ ਅਤਰ ਸਿੰਘ ਜੀ ਮਸਤ ਆਣਾ ਸਾਹਿਬ